ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਪਗੋੜਾ ਨਹੀਂ ਆ ਉਹ ਬਗਾਵਤ ਦੇ ਰਾਹਾਂ ਤੇ ਆ ਤੇ ਗ੍ਰਿਫਤਾਰੀ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ ਲੇਕਿਨ ਉਧਰ 14 ਦਿਨ ਹੋ ਚੁੱਕੇ ਨੇ ਪੰਜਾਬ ਪੁਲਿਸ ਦੇ ਹੱਥ ਖਾਲੀ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੇ ਹੱਥ ਖਾਲੀ ਲੈਣ ਲੇਕਿਨ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਨਵੇਂ ਸਿਰੋ ਵੱਡੇ ਪੱਧਰ ਤੇ ਪੰਜਾਬ ਪੁਲਿਸ ਨੇ ਤਲਾਸ਼ੀ ਅਭਿਆਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸੂਬੇ ਦੇ ਵਿੱਚ ਅਜੇ ਖਾਸ ਕਰਕੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਧਾਰਮਿਕ ਡੇਰੇ ਨੇ ਧਾਰਮਿਕ ਡੇਰਿਆਂ ਦੀ ਜਿਹੜੀ ਆ ਤਲਾਸ਼ੀ ਵੀ ਸ਼ੁਰੂ ਹੋ ਚੁੱਕੀ ਆ ਫਿਜ਼ੀਕਲ ਤੌਰ ਤੇ ਵੀ ਤੇ ਡਰੋਨਸ ਕੈਮਰਿਆਂ ਦੇ ਨਾਲ ਵੀ ਖਾਸ ਕਰਕੇ 14ਵੇਂ ਦਿਨ ਪੁਲਿਸ ਨੇ ਲਗਾਤਾਰ ਜਿਹੜਾ ਛਾਰਪੁਰ ਦੇ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਹੈ ਲੇਕਨ ਨਾਲ ਦੀ ਨਾਲ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਅਜੇ ਇਹ 400 ਦੇ ਕਰੀਬ ਡੇਰੇ ਨੇ ਧਾਰਮਿਕ ਜਿੱਥੇ ਵੀ ਤਲਾਸ਼ੀ ਸ਼ੁਰੂ ਕੀਤੀ ਗਈ ਆ ਇਹ ਪੁਲਿਸ ਡੇਰਿਆਂ ਤੇ ਜਾ ਜਾ ਕੇ ਤਲਾਸ਼ੀ ਕਰੀਏ ਦੇ ਨਾਲ ਦੀ ਨਾਲ ਤਲਾਸ਼ੀ ਦੇ ਨਾਲ ਨਾਲ 52 ਜਿਹੜੇ ਡਰੋਨ ਕੈਮਰੇ ਨੇ ਉਹਨਾਂ ਦੀ ਮਦਦ ਵੀ ਸਰਚ ਜਿਹੜੀ ਮੁਹਿੰਮਾ ਉਹ ਸ਼ੁਰੂ ਕੀਤੀ ਗਈ ਆ ਤਾਂ ਜੋ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਡਰੋਨਜ਼ ਦੇ ذریعے ਜਿਹੜੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਨਾਲ ਜਿਹੜੇ ਲੱਗੇ ਜਿਹੜੇ ਜ਼ਿਲ੍ਹੇ ਨੇ ਗੁਰਦਾਸਪੁਰ ਬਟਾਲਾ ਤਰਨਤਾਰਨ ਜਲੰਧਰ ਔਰ ਉਹ ਦੂਜੇ ਪਾਸੇ ਅਗਰ ਫਿਰੋਜ਼ਪੁਰ ਤੇ ਬਠਿੰਡੇ ਦੀ ਵੀ ਗੱਲ ਕਰ ਲਈਏ ਤਾਂ ਉਥੇ ਵੱਡੇ ਪੱਧਰ ਤੇ ਡਰੋਨਜ਼ ਦੇ ਨਾਲ ਸਰਚ ਬਿਆਨ ਜਾਰੀ ਕੀਤਾ ਗਿਆ ਔਰ ਪੁਲਸ ਨੂੰ ਇਹ ਸ਼ੱਕ ਆ ਕੇ ਅਮਰਤਪਾਲ ਸਿੰਘ ਜਦੋਂ ਉੱਤਰਾਖੰਡ ਤੋਂ ਵਾਪਸ ਆਇਆ ਜਾਂ ਸ਼ਾਰਪੁਰ ਜਾਂ ਕਪੂਰਥਲਾ ਦੇ ਨੇੜੇ ਕਿਸੇ ਡੇਰੇ 'ਚ ਛਿਪਾਇਆ ਇਸ ਕਰਕੇ ਲਗਾਤਾਰ ਜਿਹੜੀ ਤਲਾਸ਼ੀ ਮਹਮਾ ਉਹ ਪੁਲਿਸ ਦੀ ਚੱਲ ਰਹੀ ਹੈ ਖਾਸ ਕਰਕੇ ਸਰਦੀ ਜਿਲ੍ਹਿਆਂ ਤੇ ਵੀ ਪੁਲਿਸ ਦਾ ਪੂਰਾ ਪੈਰਾ ਲੇਕਿਨ ਨਾਲ ਦੀ ਨਾਲ ਹੱਲੇ ਤੱਕ ਪੁਲਿਸ ਲਗਾਤਾਰ ਤਲਾਸ਼ੀ ਕਰੀ ਹੈ ਗੱਡੀਆਂ ਵੀ ਜਿਹੜੀ ਫੜੀ ਗਈ ਸੀ ਉਹਦੀ ਵੀ ਤਲਾਸ਼ੀ ਲਈ ਗਈ ਹੈ ਲੇਕਿਨ ਉਹਦੇ 'ਚੋਂ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਮਿਲੇ ਨੇ ਲੇਕਿਨ ਅਮਰਤਪਾਲ ਹੱਥ ਨਹੀਂ ਆਇਆ ਉਧਰ ਅੰਮ੍ਰਿਤਪਾਲ ਦਾ ਇੱਕ ਹੋਰ ਵੀਡੀਓ ਜਾਰੀ ਆ ਗਿਆ ਜਿਹਦੇ ਵਿੱਚ ਕਿਹਾ ਕਿ ਉਹ ਨਾ ਹੀ ਵਿਦੇਸ਼ ਭੱਜਣ ਵਾਲਾ ਉਹ ਜਲਦ ਸਾਹਮਣੇ ਆਊਗਾ ਉਹਨੇ ਕਿਹਾ ਕਿ ਪਿੰਡਾਂ ਚੋ ਛੋਟੀ ਵਹੀਰ ਜਿਹੜਾ ਕੱਢਣ ਦੇ ਜਿਹੜੇ ਜ਼ਥੇਦਾਰ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਵਿਰੋਧ ਕਿਹਾ ਕਿ ਖਾਣਾ ਪੂਰਤੀ ਹੋਏਗੀ ਉਹਨੇ ਕਿਹਾ ਕਿ ਜ਼ਥੇਦਾਰ ਤੇ ਪਹਿਲਾਂ ਹੀ ਪਰਿਵਾਰਵਾਦ ਦੀ ਰਾਜਨੀਤੀ ਦਾ ਰੂਪ ਲੱਗਦਾ ਤੇ ਸਰਬਤ ਖਾਲਸਾ ਬੁਲਾ ਕੇ ਜਿਹੜੇ ਵਕਤ ਇਸ ਸਮੇਂ ਜਿਹੜੇ ਦੋਸ਼ ਲੱਗ ਰਹੇ ਉਹ ਉਹਨਾਂ ਨੂੰ ਝੂਠੇ ਸਾਬਤ ਕਰ ਦੇ ਕਰ ਸਕਦੇ ਨੇ ਇਸ ਕਰਕੇ ਜਥੇਦਾਰ ਗਿਆਨੀ ਹਰਪੀਤ ਸਿੰਘ ਹੋਣਾ ਨੂੰ ਚਾਹੀਦਾ ਕਿ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਵਿਖੇ ਇੱਕ ਵੱਡਾ ਸਰਬੱਤ ਖਾਲਸਾ ਬੁਲਾਇਆ ਜਾਵੇ ਪਰ ਉਧਰ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਨੇ ਉਹਦੇ ਵੀ ਜੋ ਜਾਣਕਾਰ ਦੱਸਦੇ ਨੇ ਕਿ ਸੱਤ ਜਿਹੜੇ ਆਈਪੀ ਜਿਹੜੇ ਐਡਰੈਸ ਨੇ ਉਹਨਾਂ ਦੀ ਪਛਾਣ ਹੋ ਚੁੱਕੀ ਆ ਕਿ ਜਿਹੜੀਆਂ ਵੀਡੀਓ ਕਿਉਂਕਿ ਪਹਿਲਾਂ ਉਹਨਾਂ ਦੀ ਵੀਡੀਓ ਹੀ ਫਿਰ ਆਡੀਓ ਹੀ ਫਿਰ ਇੱਕ ਵੀਡੀਓ ਆਈ ਤੇ ਜਿਹੜੀ ਮੰਨਿਆ ਜਾ ਰਿਹਾ ਕਿ 28 ਮਾਰਚ ਨੂੰ ਨੇਪਾਲ ਦੇ ਨੇੜੇ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਇਲਾਕੇ 'ਚ ਜਿਹੜੀ ਪਹਿਲੀ ਜਿਹੜੀ ਵੀਡੀਓ ਉੱਥੇ ਸ਼ੂਟ ਕੀਤੀ ਗਈ ਸੀ ਔਰ ਵੀਡੀਓ ਬਰਾਡਕਾਸਟ ਕਰਨ ਵਾਲੀ ਦੀ ਜਾਂਚ ਵੀ ਪੁਲਿਸ ਨੇ ਸੱਤ ਜਿਹੜੇ ਆਈਪੀ ਐਡਰੈਸ ਦੀ ਜਿਹੜੀ ਪਛਾਣ ਕੀਤੀ ਗਈ ਹੈ ਇਹ ਜਿੱਥੋਂ ਲੋਡ ਕੀਤੀ ਗਈ ਉਹ ਮੰਨਿਆ ਜਾ ਰਿਹਾ ਪੁਲਿਸ ਦੀ ਥਿਊਰੀ ਦੱਸਦੀ ਹੈ ਕਿ ਕੈਨੇਡਾ ਯੂਕੇ ਆਸਟ੍ਰੇਲੀਆ ਅਮਰੀਕਾ ਜਰਮਨੀ ਅਤੇ ਦबई ਵਿੱਚ ਆਈਪੀ ਐਡਰੈਸ ਪਾਏ ਗਏ ਨੇ ਉੱਥੇ ਹੀ ਪੁਲਿਸ ਨੂੰ ਇੱਕ ਅਸਫੇਦ ਮਰੂਤੀ ਜਿਹੜੀ ਸੁਵਿਫਟ ਕਾਰ ਆ ਉਹਦੀ ਵੀ ਤਲਾਸ਼ ਆ ਪੁਲਿਸ ਨੂੰ ਸ਼ੱਕ ਆ ਕਿ ਹੁਸ਼ਿਆਰਪੁਰ ਦੇ ਜਿਹੜਾ ਪਿੰਡ ਮੜਰਾਈਆਂ ਚੋਂ ਭਜਦੇ ਸਮੇ ਅਮਰਤਪਾਲ ਸਿੰਘ ਹਣਾਂ ਨੇ ਸੁਵਿਫਟ ਕਾਰ ਦਾ ਹੀ ਇਸਤੇਮਾਲ ਕੀਤਾ ਹੁਣ ਇੱਕ ਪਾਸੇ 400 ਡੇਰੇ 52 ਡਰੋਨ ਕੈਮਰੇ ਸੱਤ ਜਿਹੜੇ ਆਈਪੀ ਐਡਰੈਸ ਜਿੱਥੋਂ ਇਹ ਵੀਡੀਓ ਅਪਲੋਡ ਹੋਈਆਂ ਉਹਦੀ ਵੀ ਪਛਾਣ ਹੋ ਚੁੱਕੀ ਆ ਲੇਕਿਨ ਹਾਲੇ ਤੱਕ ਅਮਰਤਪਾਲ ਸਿੰਘ ਹੋਣਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਕਿ ਆਖਿਰ ਅੰਮ੍ਰਿਤਪਾਲ ਸਿੰਘ ਕਿੱਥੇ ਨੇ ਵੀਡੀਓ ਉਹਦੀਆਂ ਲਗਾਤਾਰ ਬਾਹਰ ਆ ਰਹੀਆਂ ਨੇ ਆਡੀਓ ਵੀ ਰਿਲੀਜ਼ ਕੀਤੀ ਗਈ ਆ ਲੇਕਿਨ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਵੀ ਬਣੀ ਹੋਈ ਆ ਕਿ ਆਖਿਰ ਅੰਮ੍ਰਿਤਪਾਲ ਕਦੋਂ ਪੁਲਿਸ ਦੇ ਹੱਥ ਆਏਗਾ ਲਗਾਤਾਰ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਹਿਰਾਸਤ ਦੇ ਦੌਰਾਨ ਅੰਮ੍ਰਿਤਪਾਲ ਤੇ ਤਸ਼ੱਦਦ ਨਹੀਂ ਕੀਤਾ ਜਾਊਗਾ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਉਹਨਾਂ ਨੂੰ ਵੀ ਆਤਮ ਸਮਰਪਣ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਾਲ ਤਖਸਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਹੋਣਾ ਵੀ ਕਿਹਾ ਸੀ ਕਿ ਜੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਸਟੈਂਡ ਸਪਸ਼ਟ ਕਰੇ ਤੇ ਜੇ ਅਮਰਤਪਾਲ ਹਲੇ ਗ੍ਰਿਫਤਾਰ ਨਹੀਂ ਹੋਇਆ ਤੇ ਉਹਨਾਂ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੁਣ ਖਾਸ ਕਰਕੇ ਜਿਹੜੇ ਡੇਰੇ ਨੇ ਜਾਂ ਜਿਹੜੇ ਗੁਰੂ ਘਰ ਨੇ ਉੱਥੇ ਜਿਹੜੀ ਪੁਲਿਸ ਦੀ ਚੌਕਸੀ ਇਸ ਕਰਕੇ ਵਦਾ ਦਿੱਤੀ ਗਈ ਹੈ ਕਿ ਕਿਤੇ ਅਮਰਤਪਾਲ ਕਿਸੇ ਡੇਰੇ ਜਾਂ ਗੁਰਦੁਆਰੇ ਦੇ ਵਿੱਚ ਸ਼ਰਨ ਨਾਲ ਪਾਵੇ ਇਸ ਕਰਕੇ ਗੁਰਦੁਆਰਿਆਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਪੈਰਾ ਵਧਾ ਦਿੱਤਾ ਗਿਆ ਇੱਥੋਂ ਤੱਕ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਪੁਲਿਸ ਦਾ ਜਿਹੜਾ ਪੈਰਾ ਉਹ ਵੱਡੀ ਗਿਣਤੀ ਵਿੱਚ ਵਧਾ ਦਿੱਤਾ ਗਿਆ ਤਲਵੰਡੀ ਸਾਬੋ ਦੇ ਵਿੱਚ ਵੀ ਜਿਹੜੀ ਪੁਲਿਸ ਦੀ ਜਿਹੜੀ ਐਕਸਰਸਾਈਜ਼ ਆ ਉਹ ਤੇਜ਼ੀ ਨਾਲ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਪੁਲਿਸ ਅਧਿਕਾਰੀ ਇਹਨਾਂ ਐਕਸਰਸਾਈਜ਼ ਨੂੰ ਰੁਟੀਨ ਦੀ ਐਕਸਰਸਾਈਜ਼ ਕਹਿ ਰਹੇ ਨੇ ਪਰ ਜਿੱਥੋਂ ਤੱਕ ਸ਼੍ਰੀ ਦਰਬਾਰ ਸਾਹਿਬ ਦਾ ਸਵਾਲ ਆ ਉੱਥੇ ਦਰਬਾਰ ਸਾਹਿਬ ਦੇ ਬਾਹਰ-ਬਾਰ ਜਿੰਨੇ ਵੀ ਉਹਨਾਂ ਦਰਬਾਰ ਸਾਹਿਬ ਨੂੰ ਜਾਰੇ ਦਰਵਾਜੇ ਲੱਗਦੇ ਨੇ ਉੱਥੇ ਪੁਲਿਸ ਦਾ ਸਿਵਲ ਕੱਪੜਿਆਂ ਦੇ ਵਿੱਚ ਸਾਦੀ ਪੁਲਿਸ ਕੱਪੜਿਆਂ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਪੁਲਿਸ ਤੋਂ ਇਲਾਵਾ ਜਿਹੜੇ ਬਲੈਕ ਕਮਾਂਡੋ ਵੀ ਤਨਾਤ ਕਰ ਦਿੱਤੇ ਗਏ ਨੇ ਪੁਲਿਸ ਨੂੰ ਜਾਂ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਆ ਖਦਸ਼ਾ ਕਿ ਕਿਤੇ ਅਮਰਤਪਾਲ ਗੁਰੂ ਸਾਹਿਬ ਜਾਂ ਗੁਰੂ ਘਰਾਂ ਦਾ ਸਹਾਰਾ ਨਾ ਲਵੇ ਇਸ ਕਰਕੇ ਗੁਰਦੁਆਰਿਆਂ ਦੇ ਬਾਹਰ ਪੁਲਿਸ ਦੀ ਜਿਹੜੀ ਚੌਕਸੀ ਆ ਵਧਾ ਦਿੱਤੀ ਗਈ ਆ ਪਰ ਸਵਾਲ ਆ ਕਿ ਅੰਮ੍ਰਿਤਪਾਲ ਸਿੰਘ ਨੂੰ ਤਲਾਸ਼ਣ ਵਾਸਤੇ ਲੱਭਣ ਵਾਸਤੇ ਪੁਲਿਸ ਕਾਫੀ ਮਿਹਨਤ ਕਰਿਆ ਲੇਕਿਨ ਹਾਲੇ ਤੱਕ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ